ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਾਂ ਰਕੇਸ਼ ਸਿੰਘ ਰਾਣਾ। ਪੂਰੇ ਦੁਨੀਆ ਦੇ ਵਿੱਚ ਮਹਾਸ਼ਿਵਰਾਤਰੀ ਦਾ ਮਹਾਪਰਵ ਅੱਜ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਮੰਦਿਰਾਂ ਨੂੰ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਤੇ ਅਲੌਕਿਕ ਛਟਾ ਵਿਖਾਰਦੇ ਹੋਏ ਮੰਦਿਰ ਅੱਜ ਵਿਖਾਈ ਦੇ ਰਹੇ ਨੇ। ਉੱਥੇ ਹੀ ਅੱਜ ਅਸੀਂ ਜੇਕਰ ਕਾਲੇਸ਼ਵਰ ਮਹਾਦੇਵ ਮੰਦਿਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਭਗਤਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਮੰਦਿਰ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਹਨ। ਤੇ ਆਓ ਵੇਖਦੇ ਹਾਂ ਸਾਡੀ ਇਹ ਰਿਪੋਰਟ ਕਿ ਕਿਸ ਪ੍ਰਕਾਰ ਕਾਲੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਅੱਜ ਭਗਤਾਂ ਦੀਆਂ ਰੌਣਕਾਂ ਲੱਗੀਆਂ ਨੇ ਤੇ ਕਿਸ ਪ੍ਰਕਾਰ ਅੱਜ ਦੇ ਦਿਨ ਦੀ ਮਾਨਤਾ ਹੈ ਤੇ ਕਿਸ ਪ੍ਰਕਾਰ ਲੋਕ ਸ਼ਰਧਾ ਦੇ ਨਾਲ ਇਸ ਪਰਬ ਨੂੰ ਮਨਾ ਰਹੇ ਨੇ। ਦੇਸ਼ ਭਰ ਦੇ ਵਿੱਚ ਲੋਕ ਮਹਾ ਸ਼ਿਵਰਾਤਰੀ ਦਾ ਤਿਉਹਾਰ ਮਨਾ ਰਹੇ ਹਨ। ਉੱਥੇ ਹੀ ਪੰਜਾਬ ਭਰ ਦੇ ਮੰਦਿਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। ਭਗਵਾਨ ਸ਼ਿਵ ਸ਼ੰਕਰ ਨੂੰ ਸਮਰਪਿਤ ਮਹਾ ਸ਼ਿਵਰਾਤਰੀ ਦਾ ਤਿਉਹਾਰ ਕਾਲੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਵੀ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਮੰਦਿਰ ਨੂੰ ਸਵੇਰੇ 3 ਵਜੇ ਹੀ ਭੋਲੇ ਬਾਬਾ ਦੇ ਭਗਤਾਂ ਦੇ ਲਈ ਖੋਲ ਦਿੱਤਾ ਗਿਆ ਸੀ ਅਤੇ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਮਹਾ ਸ਼ਿਵਰਾਤਰੀ ਇੱਕ ਹਿੰਦੂ ਤਿਉਹਾਰ ਹੈ ਜੋ ਸ਼ਿਵ ਜੀ ਪ੍ਰਤੀ ਪੂਜਾ ਭਾਵ ਕਰਕੇ ਹਰ ਸਾਲ ਮਨਾਇਆ ਜਾਂਦਾ ਹੈ। ਭਾਰਤੀ ਮਿੱਥ ਦੇ ਅਨੁਸਾਰ ਇਸ ਦਿਨ ਸ਼ਿਵ ਜੀ ਦਾ ਪਾਰਵਤੀ ਦੇ ਨਾਲ ਵਿਆਹ ਹੋਇਆ ਸੀ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਾਰੇ ਮੰਦਿਰਾਂ ਦੇ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ਉੱਤੇ ਸ਼ਿਵ ਮੰਦਿਰਾਂ ਦੇ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਇਸ ਸ਼ਿਵਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਰੱਖਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਰਾਤ ਭਰ ਜਗਰਾਤਾ ਕਰਕੇ ਸਤਸੰਗ ਅਤੇ ਕੀਰਤਨ ਕਰਦਾ ਹੈ, ਉਸਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ। ਮਹਾ ਸ਼ਿਵਰਾਤਰੀ ਦੇ ਮੌਕੇ ਕਾਲੇਸ਼ਵਰ ਮਹਾਦੇਵ ਮੰਦਿਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ। ਭਨੁਪਲੀ ਬਾਜ਼ਾਰ ਤੋਂ ਲੈ ਕੇ ਕਾਲੇਸ਼ਵਰ ਮਹਾਦੇਵ ਮੰਦਿਰ ਤੱਕ ਲੜੀਆਂ ਲਗਾਈਆਂ ਗਈਆਂ ਹਨ। ਮੰਦਿਰ ਦੇ ਬਾਹਰ ਵੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਸਜਾ ਲਈਆਂ ਹਨ ਅਤੇ ਮੇਲੇ ਵਰਗਾ ਦ੍ਰਿਸ਼ ਮੰਦਿਰ ਦੇ ਵਿੱਚ ਬਣ ਗਿਆ ਹੈ। ਮੰਦਿਰ ਕਮੇਟੀ ਵੱਲੋਂ ਵੀ ਆਏ ਹੋਏ ਸ਼ਰਧਾਲੂਆਂ ਦੀ ਸੁਵਿਧਾ ਨੂੰ ਵੇਖਦੇ ਹੋਏ ਸਾਰੇ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਠੀਕ ਹੈ ਜੀ, ਮੰਦਿਰ ਦੇ ਵਿੱਚ ਸਾਰੇ ਪਹਿਲਾਂ ਆਉਣ ਵਾਲੇ ਭਗਤਾਂ ਨੂੰ ਮਹਾਂ ਸ਼ਿਵਰਾਤਰੀ ਪਰਵ ਦੀਆਂ ਬਹੁਤ ਬਹੁਤ ਵਧਾਈਆਂ ਤੇ ਮੰਦਿਰ ਸਵੇਰੇ 3 ਵਜੇ ਤੋਂ ਸਟਾਰਟ ਹੋ ਗਏ। ਸੰਗਤ ਜਿਹੜੀ ਹੈ 3 ਵਜੇ ਤੋਂ ਲਗਾਤਾਰ ਕੰਟੀਨਿਊ ਜਿਹੜੀ ਲਾਈਨਾਂ ਚੱਲ ਰਹੀਆਂ ਤੇ ਸ਼ਿਵਰਾਤਰੀ ਮਹਾਪਰਵ ਨੂੰ ਲੈ ਕੇ ਭਗਤਾਂ ਦੇ ਵਿੱਚ ਕਾਫੀ ਮਤਲਬ ਉਤਸ਼ਾਹ ਹੈ ਤੇ ਕਾਫੀ ਹੁਣ ਰਸ਼ ਵੀ ਚੱਲ ਰਿਹਾ ਤੇ ਕਮੇਟੀ ਵੱਲੋਂ ਆਉਣ ਵਾਲੀ ਸੰਗਤ ਵਾਸਤੇ ਜਿਹੜੇ ਜਿਨ੍ਹਾਂ ਨੇ ਵਰਤ ਰੱਖੇ ਆ ਉਹਨਾਂ ਵਾਸਤੇ ਫਲਹਾਰ ਦਾ ਇੰਤਜ਼ਾਮ ਕੀਤਾ ਗਿਆ ਭੰਡਾਰੇ 'ਚ ਤੇ ਜਿਹੜੇ ਦੂਸਰੀ ਪਬਲਿਕ ਹੈ ਉਹਨਾਂ ਵਾਸਤੇ ਦੂਜਾ ਜਿਹੜਾ ਲੰਗਰ ਹੈਗਾ ਆਮ ਉਹਦੇ ਵਾਸਤੇ ਇੰਤਜ਼ਾਮ ਕੀਤਾ ਗਿਆ ਹੈ ਤੇ ਬਾਕੀ ਰਾਤ ਦਾ ਜਿਹੜਾ ਪ੍ਰੋਗਰਾਮ ਹੈਗਾ ਹੈ ਉਹ ਰਾਤ ਦਾ ਇੱਥੇ ਜਾਗਰਣ ਹੈ। ਸ਼ਰਮਾ ਬੰਧੂ ਜਾਗਰਣ ਜਿਹੜੀ ਪਾਰਟੀ ਹੈਗੀ ਧਨੌਲੀ ਤੋਂ ਆ ਰਹੀ ਹੈ ਸਪੈਸ਼ਲ ਰਾਤ ਦੇ ਜਾਗਰਣ ਵਾਸਤੇ ਜੀ ਤੇ ਦਿਨ ਦੇ ਪ੍ਰੋਗਰਾਮ ਵੀ ਉਹ ਕੰਟੀਨਿਊ ਚੱਲੇ ਰਿਹਾ ਜੀ। ਦੂਸਰੇ ਦਿਨ ਤੱਕ ਐਵੇਂ ਰਹੇਗਾ ਜੀ, ਰਾਤ ਦੀ 4 ਪਹਿਰ ਪੂਜਾ ਤੋਂ ਬਾਅਦ ਜੀ। ਇੱਥੇ ਆਉਣ ਵਾਲੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ, ਲੱਖ ਲੱਖ ਵਧਾਈ ਜੀ ਪ੍ਰੋਗਰਾਮ ਦੀ। ਸਾਰੇ ਭਗਤੋਂ ਨੇ ਜੈ ਸ਼੍ਰੀ ਰਾਧੇ ਜੀ। ਅੱਜ ਦੇਵ ਆਦਿ ਦੇਵ ਮਹਾਦੇਵ ਕਾ ਸ਼ਿਵਰਾਤਰੀ ਮਹੋਤਸਵ ਮਨਾਇਆ ਜਾ ਰਹਾ ਹੈ ਔਰ ਆਜ ਮੰਦਿਰ ਸੁਬਹਾ 3 ਵਜੇ ਖੁੱਲ ਗਿਆ ਥਾ, 3 ਵਜੇ ਸੇ ਆਰਤੀ ਦਰਸ਼ਨ ਸ਼ੁਰੂ ਹੋ ਗਿਆ ਥਾ। ਉਸਕੇ ਬਾਅਦ ਲੋਕੋ ਕਾ ਲਗਾਤਾਰ ਲੋਕ ਆ ਰਹੇ ਹੈ, ਬੜੀ ਦੂਰ ਦੂਰ ਸੇ ਯਹਾਂ ਪਰ ਆ ਰਹੇ ਹੈ। ਆਜ ਕੇ ਦਿਨ ਕਾ ਬਹੁਤ ਹੀ ਮਹੱਤਵ ਹੈ, ਆਜ ਕੀ ਪੂਜਾ ਕਾ ਆਜ ਕਾ ਜੋ ਪੂਜਨ ਹੈ ਉਸਕਾ ਏਕ ਸਾਲ ਕਾ ਜਿਤਨਾ ਹਮ ਏਕ ਸਾਲ ਕੀ ਪੂਜਾ ਕਰਤੇ ਹੈ ਉਤਨੀ ਪੂਜਾ ਕਾ ਫਲ ਆਜ ਕੀ ਹੀ ਪੂਜਾ ਸੇ ਮਿਲ ਜਾਤਾ ਹੈ। ਭਗਵਾਨ ਕਾ ਸਵਯੰਵਰ ਹੁਆ ਸਾਰੇ ਕੈਲਾਸ਼ ਰਾਜੇ ਕੇ ਘਰ ਮੈਂ ਅੱਜ ਬਰਾਤ ਜਾਤੀ ਹੈ ਔਰ ਆਜ 4 ਪਹਿਰ ਕੀ ਪੂਜਾ ਹੋਗੀ ਰਾਤ ਕੋ, ਜਿਸਮੇ ਚਾਰੋਂ ਪਹਿਰ ਮੇ ਪੂਜਾ ਹੋਗੀ। ਆਜ ਕਾ ਜੋ ਵਰਤ ਹੈ ਸਭੀ ਵਰਤੋਂ ਮੇ ਉੱਤਮ ਵਰਤ ਹੈ, ਇਸ ਵਰਤ ਕਾ ਸਭੀ ਵਰਤੋਂ ਮੇ ਸਭ ਸੇ ਜ਼ਿਆਦਾ ਫਲ ਮਿਲਤਾ ਹੈ ਔਰ
पूरे वर्ष में जितने भी व्रत आते हैं आज के व्रत का उतना महत्व है जितना पूरे व्रत साल के व्रतों का महत्व होता है। और जो नहीं भी व्रत रखते हैं, जो आज नहीं व्रत रख पाते हैं, भगवान को जल चढ़ाएं और अपना पूजन जो नित्यनेम का जो पूजन होता है पूजन करें, व्रत के बराबर ही फल आज का उनको मिल जाता है। आज पूरा दिन भर भगवान का जलाभिषेक होगा, लोग जल चढ़ाएंगे, फूल मालाएं पहनाएंगे और शाम को 6:30 बजे के बाद 4 पहर की पूजा शुरू हो जाएगी, जिसमें भगवान का अभिषेक होगा दूध दही घी शक्कर शहद से, पंचामृत से, वस्त्रों से और फल मिष्ठान से भगवान का पूजन होगा 4 पहर तक। 4 पहर में ये पूजा होगी, पूजा संपन्न होगी।